ਅਗਲਾ ਆ ਐਮ ਐਲ ਏ ਗੱਲ ਨਹੀਂ ਹੋਵੇ, ਚਲੋ ਆ ਐਮ ਐਲ ਏ ਸਾਹਿਬ ਖੜੇ ਆਪਣੇ ਸਿੰਗਲਾ ਸਾਹਿਬ, ਇਹਦੇ ਦੋਸ਼ ਲਾਤਾ, ਇਹਨਾਂ ਨੂੰ ਸਸਪੈਂਡ ਕਰਤਾ, ਕਿੱਡੀ ਇਹਨਾਂ ਦੀ ਬਦਨਾਮੀ ਹੋਈ ਜੀ ਮੈਂ ਸਮਝਦਾ। ਤੁਹਾਡੇ ਭਗਵੰਤ ਮਾਨ ਨੇ ਇੱਕ ਵੀ ਸਬੂਤ ਨਹੀਂ ਦਿੱਤਾ ਵੀ ਯਾਰ ਅਸੀਂ ਇਸ ਬੰਦੇ ਦੀ ਬਦਨਾਮੀ ਕਰਕੇ ਉਹਦੇ ਤੋਂ ਲਾ ਕੇ ਆਹ ਸਬੂਤ ਹੈ ਵੀ ਤਾਂ ਕਰਕੇ ਇਹਨੂੰ ਸੀ ਲਾ ਅਕਸਰ ਨੂੰ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਸੀ, ਲੋਕਾਂ ਦਾ ਚੁਣਿਆ ਸੀ ਭਗਵੰਤ ਮਾਨ ਵੀ ਉਹੀ ਨੁਮਾਇੰਦਾ ਚੁਣਿਆ ਸੀ, ਬਾਅਦ ਚ ਐਮ ਐਲ ਏ ਨੇ ਉਹ ਬਣਾਇਆ। ਮਤਲਬ ਅੱਜ ਤੱਕ ਇਸ ਐਮ ਐਲ ਏ ਸਿੰਗਲਾ ਸਾਹਿਬ ਦਾ ਕੋਈ ਸਬੂਤ ਲੋਕਾਂ ਦੇ ਸਾਹਮਣੇ ਨਹੀਂ ਆਇਆ ਵੀ ਕਿਉਂ ਲਾਇਆ ਗਿਆ ਲੋਕਾਂ ਦਾ ਚੁਣਿਆ। ਚਲੋ ਇਹ ਸਵਾਲ ਵਿੱਚ ਰਹਿ ਗਿਆ, ਹੋਰ ਕਰ ਲੋ ਨੀ ਸਵਾਲ ਪਹਿਲਾਂ ਦਾ ਜਵਾਬ ਤਾਂ ਦਿਓ ਨਾ ਜੀ। ਕੱਲ ਨੂੰ ਹਾਈ ਕਮਾਂਡ ਕੋਲੇ ਆ, ਕੱਲ ਨੂੰ ਜੇ ਕੋਈ ਹੋਰ ਬੰਦਾ ਜਿੱਤਦਾ ਭਾਵੇਂ ਅਸੀਂ ਨਹੀਂ ਚੋਣਾਂ ਚ ਹਿੱਸਾ ਲੈਂਦੇ ਤਾਂ ਮਤਲਬ ਇਸ ਕਰਕੇ ਵੀ ਜੇ ਤੁਹਾਡੀ ਹਾਂ ਚ ਹਾਂ ਬੰਦਾ ਨਹੀਂ ਬੁਲਾਉਂਦਾ ਤੁਹਾਡਾ ਜਿਹੜਾ ਸਾਰਿਆਂ ਤੋਂ ਵੱਡਾ ਕੇਜਰੀਵਾਲ ਉਹਦੀ ਹਾਂ ਚ ਨਹੀਂ ਹਾਂ ਨਹੀਂ ਬੁਲਾਉਂਦਾ, ਇਸ ਗੱਲ ਦੇ ਵਿੱਚ ਮੈਂ ਨਹੀਂ ਬੋਲਦਾ ਮੇਰੀ ਹਾਂ ਚ ਨਾ ਬੁਲਾਉਂਦਾ ਨਾ ਬੁਲਾਉਂਦਾ। ਮੈਨੂੰ ਉਹਨਾਂ ਨੂੰ ਚੰਗਾ ਲੱਗਿਆ ਮੈਨੂੰ ਮਿਨਿਸਟਰ ਬਣਾ ਲਿਆ, ਮੈਂ ਤਾਂ ਆਪ ਐਮ ਐਲ ਏ ਤੁਰੇ ਫਿਰਦਾ, ਮੈਂ ਇਹਦੀ ਗੱਲ ਕਰਦਾ। ਚਲੋ ਇਹ ਤੁਸੀਂ ਨਹੀਂ ਕਰਦੇ ਹੁਣ ਤੁਹਾਡਾ ਕੇਜਰੀਵਾਲ।